ओम शांति ਅੱਜ ਸੰ 382022 ਦੇ ਸਾਕਾਰ ਬਾਪदादा ਜੀ ਦੇ ਮਹਾਵਾਕ ਅੱਜ ਬਾਪदादा ਜੀ ਨੇ ਕਿਹਾ ਮਿੱਠੇ ਬੱਚੇ ਬਾਪ ਦੀ ਯਾਦ ਕਾਇਮ ਤਾਂ ਰਹੇਗੀ ਜਦੋਂ ਬੁੱਧੇ ਵਿੱਚ ਗਿਆਨ ਹੋਵੇਗਾ ਗਿਆਨ ਯੁਕਤ ਬੁੱਧੀ ਰੂਹਾਨੀ ਯਾਤਰਾ ਕਰਨੀ ਅਤੇ ਕਰਾਣੀ ਹੈ ਗਿਆਨ ਯੁਕਤ ਬੁੱਧੀ ਨਾਲ ਹੀ ਰੂਹਾਨੀ ਯਾਤਰਾ ਕਰਨੀ ਅਤੇ ਕਰਾਣੀ ਹੈ ਅੱਜ ਦਾ ਪ੍ਰਸ਼ਨ ਹੈਗਾ ਈਸ਼ਵਰ ਦਾਤਾ ਹਨ ਫਿਰ ਵੀ ਈਸ਼ਵਰ ਅਰਥ দান ਕਰਨ ਦੀ ਰਸਮ ਕਿਉਂ ਚੱਲ ਜਾਂਦੀ ਹੈ ਉੱਤਰ ਹੈਗਾ ਕਿਉਂਕਿ ਈਸ਼ਵਰ ਨੂੰ ਆਪਣਾ ਵਾਰਿਸ ਬਣਾਉਂਦੇ ਸਨ ਸਮਝਦੇ ਸਨ ਇਸ ਦਾ ਏਵਜਾ ਫਿਰ ਦੂਜੇ ਜਨਮ ਵਿੱਚ ਮਿਲੇਗਾ ਈਸ਼ਵਰ ਅਰਥ ਦੇਣਾ ਮੰਨਿਆ ਉਸ ਨੂੰ ਆਪਣਾ ਬੱਚਾ ਬਣਾ ਲੈਣਾ ਭਗਤੀ ਮਾਰਗ ਵਿੱਚ ਵੀ ਬੱਚਾ ਬਣਾਉਂਦੇ ਸਨ ਅਰਥਾਤ ਸਭ ਕੁਝ ਬលਿਹਾਰ ਕਰਦੇ ਸਨ ਐਸ ਲਈ ਇੱਕ ਵਾਰ ਬលਿਹਾਰ ਜਾਣ ਦੇ ਰਿਟਰਨ ਵਿੱਚ ਫਿਰ 21 ਜਨਮ ਦੇ ਲਈ ਬលਿਹਾਰ ਜਾਂਦੇ ਸਨ ਤੁਸੀਂ ਕੋੜੀ ਲੈ ਆਂਦੇ ਹੋ ਔਰ ਬਾਪ ਕੋਲੋਂ ਫਿਰ ਈਰੇ ਲੈ ਜਾਂਦੇ ਹੋ ਇਸ ਨੂੰ ਤੇ ਫਿਰ ਸੁਦਾਮਾ ਦਾ ਮਿਸਾਲ ਵੀ ਸ਼ਾਸਤਰਾਂ ਵਿੱਚ ਦਿੱਤਾ ਹੋਇਆ ਏ ਅੱਜ ਦਾ ਗੀਤ ਹੈ ਰਾਤ ਦੇ ਰਾਹੀ ਥੱਕ ਨਾ ਜਾਣਾ ओम शांति ਬੱਚਿਆਂ ਨੇ ਇਸ ਗੀਤ ਦੀ ਲਾਈਨ ਸਮਝ ਲਿੱਤੀ ਐ ਬਾਪ ਜਦੋਂ ਬੱਚੇ ਆਖਦੇ ਸਨ ਤਾਂ ਸਮਝਣਾ ਚਾਹੀਦਾ ਐ ਸਾਡੀ ਆਤਮਾ ਨੂੰ ਬਾਪ ਬੈ ਸਮਝਾ ਰਹੇ ਸਨ ਆਤਮ ਅਭਿਮਾਨੀ ਬਣਾਉਂਦੇ ਸਨ ਇੱਥੇ ਤਾਂ ਸਾਰੇ ਜਾਣਦੇ ਸਨ ਆਤਮਾ ਤੇ ਸ਼ਰੀਰ ਦੋ ਚੀਜ਼ਾਂ ਸਨ ਪਰੰਤੂ ਐ ਨਹੀਂ ਸਮਝਦੇ ਸਨ ਕਿ ਸਾਡੀ ਆਤਮਾ ਦਾ ਬਾਪ ਕਿਹੜਾ ਹੈਗਾ ਅਸੀਂ ਆਤਮਾਵਾਂ ਨਿਰਵਾਣ ਧਾਮ ਦੀਆਂ ਰਹਿਣ ਵਾਲੀਆਂ ਹਾਂ ਇਹ ਗੱਲਾਂ ਬੁੱਧੀ ਵਿੱਚ ਆਣੀਆਂ ਆਂਦੀਆਂ ਨਹੀਂ ਬਾ ਪਾਖਦੇ ਸਨ ਇਹ ਗਿਆਨ ਬਿਲਕੁਲ ਹੀ ਪ੍ਰਾਇਲੋਪ ਹੋ ਜਾਂਦਾ ਏ ਤੁਸੀਂ ਜਾਣਦੇ ਹੋ ਹੁਣ ਇਹ ਨਾਟਕ ਪੂਰਾ ਹੋਣ ਵਾਲਾ ਏ ਹੁਣ ਅਸੀਂ ਘਰ ਜਾਣਾ ਏ ਆ ਪਵਿੱਤਰ ਪਤਿਤ ਆਤਮਾਵਾਂ ਵਾਪਸ ਘਰ ਨਹੀਂ ਜਾ ਸਕਦੀਆਂ ਇੱਕ ਵੀ ਜਾ ਨਹੀਂ ਸਕਦਾ ਇਹ ਵੀ ਡਰਾਮਾ ਸਨ ਜਦੋਂ ਸਾਰੀਆਂ ਆਤਮਾਵਾਂ ਇੱਥੇ ਆ ਜਾਂਦੀਆਂ ਸਨ ਫਿਰ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਏ ਇੱਥੇ ਤਾਂ ਤੁਸੀਂ ਜਾਣਦੇ ਹੋ ਬਾਪਸਾਨੂੰ ਹੁਣ ਰੂਹਾਨੀ ਯਾਤਰਾ ਸਿਖਾ ਰਹੇ ਸਨ ਆਖਦੇ ਸਨ हे ਆਤਮਾ ਹੁਣ ਬਾਪ ਨੂੰ ਯਾਦ ਕਰਨੇ ਕਰਨ ਦੀ ਯਾਤਰਾ ਕਰਨੀ ਹੈ ਜਨਮ ਜਨਮਾਂ ਤਰ ਤੁਸੀਂ ਜਿਸਮਾਨੀ ਯਾਤਰਾ ਕਰਦੇ ਆਏ ਹੋ ਹੁਣ ਤੁਹਾਡੀ ਇਹ ਰੂਹਾਨੀ ਯਾਤਰਾ ਜਾ ਕੇ ਫਿਰ ਮ੍ਰਿਤਯੂ ਲੋਕ ਵਿੱਚ ਵਾਪਸ ਨਹੀਂ ਆਣਾ ਮਨੁੱਖ ਜਿਸਮਾਨੀ ਯਾਤਰਾ ਤੇ ਜਾਂਦੇ ਸਨ ਤਾਂ ਲੋਟ ਕੇ ਆਉਂਦੇ ਸਨ ਉਹ ਹਸਣ ਜਸਮਾਨੀ ਦੇ ਅਭਿਮਾਨੀ ਯਾਤਰਾ ਇਹ ਹਸਣ ਰੂਹਾਨੀ ਯਾਤਰਾ ਸਿਵਾਏ ਬੇਅਦ ਦੇ ਬਾਪ ਦੇ ਆ ਯਾਤਰਾ ਹੋਰ ਕੋਈ ਵੀ ਸਖਾ ਨਾ ਸਕੇ ਤੁਸੀਂ ਬੱਚਿਆਂ ਨੂੰ ਸ਼੍ਰੀਮਤ ਤੇ ਚੱਲਣਾ ਹੈ ਸਾਰਾ ਮਦਾਰਸਣ ਯਾਦ ਦੀ ਯਾਤਰਾ ਤੇ ਜਿਹੜੇ ਬੱਚੇ ਜਿੰਨਾ ਯਾਦ ਕਰਦੇ ਸਣ ਯਾਦ ਕਾਇਮ ਉਹਨਾਂ ਦੀ ਰਹੇਗੀ ਕੁਝ ਨਾ ਕੁਝ ਜਿੰਨਾਂ ਅੰਦਰ ਗਿਆਨ ਹੋਵੇਗਾ 84 ਜਨਮਾਂ ਦੇ ਚੱਕਰ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਹੁਣ ਸਾਡੇ ਕੋਲ 21 ਜਨਮਾਂ ਦਾ 84 ਜਨਮਾਂ ਦਾ ਪੂਰਾ ਗਿਆਨ ਸਨ ਇਹ ਸਨ 84 ਜਨਮਾਂ ਦੇ ਚੱਕਰ ਦੀ ਯਾਤਰਾ ਇਸ ਨੂੰ ਆਖਦੇ ਸਨ ਆਵਾਗਮਣ ਦੀ ਯਾਤਰਾ ਆਵਾਗਮਣ ਤਾਂ ਸਾਰਿਆਂ ਦਾ ਹੁੰਦਾ ਹੀ ਰਹਿੰਦਾ ਹੈ ਆਣਾ ਅਤੇ ਜਾਣਾ ਜਨਮ ਲਿੱਤਾ ਫਿਰ ਛੱਡ ਦੇਣਾ ਇਸ ਨੂੰ ਆਵਾਗਮਣ ਆਖ ਦਿੰਦੇ ਸਨ ਹੁਣ ਤੁਸੀਂ ਇਸ ਦੁੱਖਦਮ ਦੇ ਆਵਾਗਮਣ ਦੇ ਚੱਕਰ ਤੋਂ ਛੁੱਟ ਜਾਂਦੇ ਹੋ ਇਹ ਸਨ ਤੁਖਦਮ ਹੁਣ ਸਾਡਾ ਜਨਮ ਮਰਨ ਸਭ ਅਮਰ ਲੋਕ ਵਿੱਚ ਹੋਵੇਗਾ ਜਿਸ ਵਿੱਚ ਜਾਣ ਦੇ ਲਈ ਅਸੀਂ ਪੁਰਸ਼ਾਰਥ ਕਰ ਰਹੇ ਹੇ ਸਨ ਹੁਣ ਤੁਸੀਂ ਪਾਰਵਤੀਆਂ ਹੋ ਅਮਰ ਕਥਾ ਸੁਣਦੀਆਂ ਹੋ ਅਮਰਨਾਥ ਦੇ ਕੋਲੋਂ ਜਿਹੜਾ ਸਦਾ ਅਮਰ ਸਨ ਤੁਸੀਂ ਸਦੀਵ ਅਮਰ ਨਹੀਂ ਹੁੰਦੇ ਤੁਸੀਂ ਤਾਂ ਜਨਮ ਮਰਨ ਦੇ ਚੱਕਰ ਵਿੱਚ ਆਂਦੇ ਹੋ ਹੁਣ ਤੁਹਾਡਾ ਚੱਕਰ ਨਰਕ ਵਿੱਚ ਹੀ ਇਸ ਤੋਂ ਤੁਸੀਂ ਛੁੱਟ ਕੇ ਆਵਾਗਮਨ ਸਵਰਗ ਦੇ ਬਣਦੇ ਹੋ ਉੱਥੇ ਤੁਹਾਨੂੰ ਕੋਈ ਦੁੱਖ ਨਹੀਂ ਹੋਵੇਗਾ ਇੱਥੇ ਤਾਂ ਸਨ ਤੁਹਾਡਾ ਅੰਤਿਮ ਜਨਮ ਤੁਸੀਂ ਵੇਖਦੇ ਜਾਓਗੇ ਕਿਵੇਂ ਵਿਨਾਸ਼ ਹੁੰਦਾ ਰਹੇਗਾ ਇੱਥੇ ਜਿਹੜੇ ਮੱਥਾ ਮਾਰਦੇ ਸਨ ਲੜਾਈ ਨਾ ਹੋਵੇ ਜਾਂ ਆਖਦੇ ਸਨ ਬੰਮਸ ਜਾ ਕੇ ਸਾਰੇ ਸਬੁੱਧਰ ਵਿੱਚ ਡੁਬੋ ਦੇਣ ਇਹ ਗੱਲਾਂ ਹੋਣਗੀਆਂ ਨਹੀਂ ਉਹ ਸਭ ਵਿਚਾਰੇ ਕਹਿੰਦੇ ਰਹਿੰਦੇ ਸਨ ਪਰੰਤੂ ਜਾਣਦੇ ਤਾਂ ਕੁਝ ਵੀ ਨਹੀਂ ਹੈਗੇ ਹੁਣ ਸਮਾਂ ਆ ਕੇ ਪੂਰਾ ਹੋਇਆ ਹੈ ਤੁਸੀਂ ਹੁਣ ਸੰਗਮ ਤੇ ਹੋ ਦੁਨੀਆ ਵਾਲੇ ਸਮਝਦੇ ਸਨ ਅਸੀਂ ਤਾਂ ਅਜੁਨ ਕਲਯੁਗ ਤਾਂ ਅਜੁਨ ਹਜੇ ਛੋਟਾ ਬੱਚਾ ਹੈਗਾ ਹਜੇ ਸ਼ੁਰੂ ਹੋਇਆ ਏ ਹਜੇ 40000 40000 ਵਰੇ ਹੋ ਰ ਪਿਆ ਏ ਇਹ ਗੱਲਾਂ ਨਿਕਲੀਆਂ ਸਨ ਸ਼ਾਸਤਰਾਂ ਤੋਂ ਬਾਪੱਖ ਦੇ ਸਨ ਤੁਸੀਂ ਜੋ ਕੁਝ ਵੀ ਵੇਦ ਸ਼ਾਸਤਰ ਆਦਿ ਪੜਦੇ ਹੋ ਦਾਨ ਪੁੰਨ ਆਦ ਕਰਦੇ ਹੋ ਤੁਸੀਂ ਜਨਮ ਜਨਮਾਂਤਰ ਕਰਦੇ ਹੀ ਆਇਓ ਇਹ ਸਾਰੀਆਂ ਭਗਤੀ ਮਾਰਗ ਦੀਆਂ ਗੱਲਾਂ ਸਨ ਇੱਥੇ ਤਾਂ ਪ੍ਰੈਕਟੀਕਲ ਗੱਲ ਏ ਬ੍ਰਾਹਮਣ ਬਣੇ ਬਗੈਰ ਤੁਸੀਂ ਦੇਵਤਾ ਵਰਣ ਵਿੱਚ ਨਹੀਂ ਆ ਸਕਦੇ ਤੁਹਾਨੂੰ ਹੁਣ ਨਿਸ਼ਚੈ ਹੋਣਾ ਚਾਹੀਦਾ ਏ ਕਿ ਅਸੀਂ ਬ੍ਰਹਮਾ ਦੇ ਬੱਚੇ ਸਾਂ ਸ਼ਿਵ बाबा ਤੋਂ ਅਸੀਂ ਦੇਵੀ ਰਾਜ ਲੈ ਰਹੇ ਸਾਂ ਅਸੀਂ ਹੁਣ ਨਿਸ਼ਚੈ ਕਰਦੇ ਹਾਂ ਅਸੀਂ ਬ੍ਰਹਮਾ ਦੇ ਬੱਚੇ ਸ਼ਿਵ बाबा ਤੋਂ ਦੇਵੀ ਰਾਜ ਲੈ ਕੇ ਹੀ ਰਵਾਂਗੇ ਹੁਣ ਤੁਹਾਡਾ ਪੁਰਸ਼ਾਰਥ ਚੱਲ ਰਿਹਾ ਏ ਤਾਂ ਰੇਸ ਵੀ ਤੁਹਾਨੂੰ ਬੜੀ ਕਰਨੀ ਹੈਗੀ ਚੰਗੀ ਤਰ੍ਹਾਂ ਪੜ੍ਹ ਕੇ ਦੂਜਿਆਂ ਨੂੰ ਵੀ ਪੜਾਣਾ ਹੈ ਲਾਇਕ ਬਣਾ ਕੇ ਦੂਜਿਆਂ ਨੂੰ ਵੀ ਸਵਰਗ ਦਾ ਸੁੱਖ ਵਿਖਾਣਾ ਹੈ ਕ੍ਰਿਸ਼ਨਪੂਰੀ ਨੂੰ ਤਾਂ ਸਾਰੇ ਯਾਦ ਕਰਦੇ ਸਨ ਸ਼੍ਰੀ ਰਾਮ ਨੂੰ ਛੋਟੇ ਪਣ ਵਿੱਚ ਝੁੱਲਾ ਦੀ ਨਹੀਂ ਚੁਲਾਉਂਦੇ ਸ਼੍ਰੀ ਕ੍ਰਿਸ਼ਨ ਨੂੰ ਬਹੁਤ ਪਿਆਰ ਕਰਦੇ ਸਨ ਪਰੰਤੂ ਅੰਧ ਸ਼ਰਧਾ ਨਾਲ ਸਮਝਦੇ ਤਾਂ ਕੁਝ ਵੀ ਨਹੀਂ ਬਾਪ ਨੇ ਸਮਝਾਇਆ ਹੈ ਇਸ ਸਮਾਸਾਰੀ ਸ੍ਰਿਸ਼ਟੀ ਤਮੋ ਪਰਦਾ ਨਤੇ ਕਾਲੀ ਬਣ ਪਈਏ ਭਾਰਤ ਕਿੰਨਾ ਸੋਹਣਾ ਗੋਲਡਨ ਉਸ ਏਜ ਵਿੱਚ ਸੀ ਹੁਣ ਤਾਂ ਆਇਰਨ ਏਜ ਵਿੱਚ ਕਾਲਾ ਬਣ ਪਿਆ ਏ ਤੁਸੀਂ ਆਇਰਨ ਏਜ ਤੋਂ ਫੇਰ ਤੋਂ ਗੋਲਡਨ ਏਜ ਵਿੱਚ ਜਾਣਾ ਏ ਬਾਪ ਸੁਨਾਰ ਦਾ ਵੀ ਕੰਮ ਕਰਦੇ ਸਨ ਤੁਹਾਡੀ ਆਤਮਾ ਜਿਹੜੀ ਲੋਹੇ ਤੋਂ ਲੋਹੇ ਜੀ ਹੋਈ ਹੋ ਗਈ ਏ ਤਾਂਬੇ ਦੀ ਖਾਦ ਪੈ ਗਈ ਏ ਉਹਨੂੰ ਆ ਕੇ ਕੱਢਦੇ ਸਨ ਤੁਹਾਡੀ ਆਤਮਾ ਤੇ ਸਰੀਰ ਦੋਵੇਂ ਝੁੱਠੇ ਬਣ ਪਏ ਨੇ ਹੁਣ ਤੁਹਾਨੂੰ ਫੇਰ ਤੋਂ ਸੱਚਾ ਸੋਨਾ ਬਣਾਉਂਦੇ ਸਨ ਸੱਚੇ ਸੋਨੇ ਵਿੱਚ ਬਹੁਤ ਖਾਦ ਮਿਲਾਨ ਨਾਲ ਇੱਕਦਮ ਮੁਲੰਮੇ ਦਾ ਬਣ ਜਾਂਦਾ ਏ ਤੁਹਾਡੀ ਆਤਮਾ ਬਿਲਕੁਲ ਥੋੜਾ ਸੋਨਾ ਜਾ ਕੇ ਬਣੀ ਜੇਰ ਵੀ ਦੇਖੋ ਕਿੰਨਾ ਪੁਰਾਣਾ ਏ ਦੋ ਕੈਰਟ ਸੋਨਾ ਆਖਾਂਗੇ ਤਾਂ ਬਾਪ ਬੈ ਸ਼੍ਰੀਮਤ ਦਿੰਦੇ ਸਨ ਭਾਰਤ ਬਿਲਕੁਲ ਸਵਰਗ ਸੀ ਹੁਣ ਤਾਂ ਬਿਲਕੁਲ ਨਰਕ ਬਣ ਗਿਆ ਏ ਸਵਰਗ ਵਿੱਚ ਜਾਣ ਦਾ ਸੀ ਪੁਰਸ਼ਾਰਥ ਕਰਦੇ ਹਾਂ ਪਰੰਤੂ ਮਾਇਆ ਕਰਨ ਨਹੀਂ ਦਿੰਦੀ ਮਾਇਆ ਤੁਹਾਡਾ ਬੜਾ ਸਾਹਮਣਾ ਕਰਦੀ ਏ ਐ ਅਸੀਂ ਹੁਣ ਯੁੱਧ ਦੇ ਮੈਦਾਨ ਵਿੱਚ ਹਾਂ ਐਵੇਂ ਨਹੀਂ ਕਿ ਤੁਸੀਂ ਇੱਥੇ ਬੈਠ ਜਾਓ ਇੱਥੇ ਤਾਂ ਸ਼੍ਰੀਮਤ ਤੇ ਚੱਲਣਾ ਹੁੰਦਾ ਏ ਰਹੋ ਉਤਪਲ ਕਰਸਤ ਵਿਹਾਰ ਵਿੱਚ ਭਗਤੀ ਮਾਰਗ ਵਿੱਚ ਤੁਸੀਂ ਗਾंदे ਆ ਇਹੋ ਮੇਰਾ ਤਾਂ ਇੱਕ ਦੂਜਾ ਨਾ ਕੋਈ ਤੁਸੀਂ ਬੱਚਿਆਂ ਨੂੰ ਕਿੰਨੀ ਗੱਲਾਂ ਸਮਝਾਉਣੀਆਂ ਪੈਂਦੀਆਂ ਨੇ ਸਭ ਤਾਂ ਇੱਕ ਜਿਹਾ ਨਹੀਂ ਸਮਝ ਸਕਦੇ ਅੰਤ ਤੱਕ ਸਮਝਦੇ ਰਹਿਣਗੇ ਫਿਰ ਤੁਹਾਡੇ ਵਿੱਚ ਬਲ ਵੀ ਹੋਵੇਗਾ ਸੁਣਨ ਤੋਂ ਛੱਟ ਚਟ ਆ ਕੇ ਪਕੜ ਲੈਣਗੇ ਨਿਸ਼ਚੈ ਹੋਵੇਗਾ ਤਾਂ ਬਾਪ ਸਾਨੂੰ 21 ਜਨਮਾਂ ਦੇ ਲਈ ਸਵਰਗ ਦਾ مالک ਵੀ ਬਣਾ ਦਿੰਦੇ ਸਨ ਤਾਂ ਇੱਕ ਸੈਕਿੰਡ ਵੀ ਨਹੀਂ ਛੱਡੋ ਇਹ ਬਾਬਾ ਸਾਨੂੰ ਆਪਣਾ ਅਨੁਭਵ ਵੀ ਸੁਣਾਉਂਦੇ ਸਨ ਇਹ ਤਾਂ ਜੋਰੀ ਸੀ ਬੈਠੇ ਬੈਠੇ ਕੀ ਹੋ ਗਿਆ ਵੇਖੋ ਵੇਖਿਆ ਬਾਬਾ ਦੁਆਰਾ ਬਾਦਸ਼ਾਹੀ ਮਿਲਦੀ ਏ ਵਿਨਾਸ਼ ਵੀ ਵਿਖਾਉਂਦੇ ਸਨ ਫਿਰ ਰਜਾਈ ਵੀ ਵਿਖਾਉਂਦੇ ਸਨ ਬੋਲਿਆ ਸਭ ਛੱਡ ਦਿਓ ਇਸ ਗੁਲਾਮੀ ਨੂੰ ਛੱਡ ਦਿਓ ਸਾਖਸ਼ਾਤਕਾਰ ਹੋਇਆ ਤਾਂ ਸਭ ਕੁਝ ਛੱਡ ਦਿੱਤਾ ਪਰੰਤੂ ਗਿਆਨ ਨਹੀਂ ਸੀ ਬਸ ਐਹੋ ਨਸ਼ਾ ਸੀ ਕਿ ਮੈਨੂੰ ਬਾਦਸ਼ਾਹੀ ਮਿਲੇਗੀ ਵੇਖਦੇ ਰਹੇ ਕਿ ਬਾਪ ਸਵਰਗ ਦੀ ਬਾਦਸ਼ਾਹੀ ਦੇਣ ਵਾਸਤੇ ਆਏ ਨੇ ਤੇ ਫੱਟ ਤੋਂ ਉਹਨਾਂ ਨੂੰ ਪਕੜ ਲੀਤਾ 바ਵਾ ਐ ਛੱਡ ਸਭ ਕੁਝ ਤੁਹਾਡਾ ਹੀ ਹੈਗਾ ਹੁਣ ਮੇਰੇ ਕਿਸੇ ਕੰਮ ਦਾ ਨਹੀਂ ਤੁਸੀਂ ਆਪਣੇ ਕੰਮ ਵਿੱਚ ਲਗਾ ਲਿਓ 바ਵਾ ਨੇ ਸਭ ਕੁਝ ਨਮਾਤਾਵਾਂ ਦੇ ਹੱਥ ਵਿੱਚ ਦੇ ਦਿੱਤਾ ਮਾਤਾਵਾਂ ਦੀ ਕਮੇਟੀ ਬਣਾ ਦਿੱਤੀ ਉਹਨਾਂ ਨੂੰ ਦੇ ਦਿੱਤਾ 바ਵਾ ਹੀ ਸਭ ਕੁਝ ਕਰਾਂਦੇ ਸਨ ਸਮਝ ਸਮਝਿਆ 바బా ਤੋਂ ਹੀ 21 ਜਨਮਾ ਦੀ ਬਾਦਸ਼ਾਹੀ ਮਿਲਦੀ ਏ ਹੁਣ ਤੁਸੀਂ ਲੈ ਰਹੇ ਹੋ 바బా ਛੱਟ ਸਾਨੂੰ ਗੁਲਾਮੀ ਦੀ ਜੰਜੀਰਾਂ ਤੋਂ छुड़ा ਦਿੰਦੇ ਸਨ ਜਦੋਂ ਤੋਂ ਛੋੜਿਆ ਤਾਂ ਰਾਤੋਂ ਬਹੁਤ ਖੁਸ਼ੀ ਵਿੱਚ ਆ ਜਾਂਦੇ ਸਨ ਇੱਥੇ ਤਾਂ ਨੇਕ ਵਾਰ ਸਾਨੂੰ ਦੇਵੀ ਦੇਵਤਾ ਤਾਂ ਰਮ ਸਥਾਪਨ ਕੀਤਾ ਏ 바బా ਨੇ ਬ੍ਰਹਮਾ ਕੁਮਾਰ ਕੁਮਾਰੀਆਂ ਦੁਆਰਾ ਅਨੇਕ ਬਾਾਰ ਸਥਾਪਨਾ ਕੀਤੀ ਸੀ ਐ ਜਿਵੇਂ ਐ ਸ ਇਹੋ ਜੀ ਗੱਲ ਹੈਗੀ ਦੇਰੀ ਨਹੀਂ ਕਰਨੀ ਚਾਹੀਦੀ। ਬਾਬਾ ਤਾਂ ਸਾਨੂੰ 21 ਜਨਮਾ ਤਾ ਵਰਸਾ ਦਿੰਦੇ ਸਨ। ਬਾਬਾ ਸਾਡੇ ਤੋਂ ਘਰ-ਬਾਰ ਨਹੀਂ ਛੁਡਾਂਦੇ। ਕਹਿੰਦੇ ਸਨ ਚੰਗੀ ਤਰ੍ਹਾਂ ਯਾਦ ਰੱਖੋ। ਸਿਰਫ ਘਰ-ਬਾਰ ਸੰਭਾਲ ਦੇਣਾ ਨਾ ਸ਼ਾ ਰੱਖਣਾ ਕਿ ਅਸੀਂ ਬਾਬਾ ਦੇ ਬਣੇ ਹਾਂ। ਬਾਬਾ ਨੂੰ ਲਿਖਦੇ ਸਨ ਬਾਬਾ ਫਲਾਣਾ ਬਹੁਤ ਚੰਗਾ, ਨਿਸ਼ਚੈ ਬੁੱਧੀ ਸਮਝਦਾਰ ਸਨ। ਬਹੁਤਾਂ ਨੂੰ ਵੀ ਸਮਝਾਉਂਦੇ ਸਨ। ਪਰੰਤੂ ਨਿਸ਼ਚੈ ਬੁੱਧੀ ਸਾਡੇ ਕੋਲ ਆਂਦੇ ਨਹੀਂ 바ਵਾ ਤੋਂ ਮਿਲਦੇ ਹੀ ਨਹੀਂ ਮਿਲਣ ਤਾਂ ਹੀ ਤਾਂ ਬਾਪ ਸਮਝਣ ਕਿ ਆਏ ਨੇ ਨਹੀਂ ਤੇ ਮਰ ਹੀ ਪੈਂਦੇ ਨੇ 바ਵਾ ਤੋਂ ਵਰਸਾ ਕਿਵੇਂ ਲੈਣਗੇ ਇੱਥੇ ਤਾਂ ਬਾਪ ਦੀ ਗੋਦ ਲੈਣੀ ਪੈਂਦੀ ਏ ਨਿਸ਼ਚੈ ਹੋਇਆ ਤੇ ਸਰੀਰ ਛੱਡ ਦਿੱਤਾ ਮਿਹਨਤ ਕੁਝ ਵੀ ਨਹੀਂ ਕਰਨੀ ਆਇਰਨ ਇਸ ਟੂ ਗੋਲਡਨ ਇਸ ਨਹੀਂ ਬਣਨ ਨਾ ਬਣਨ ਤਾਂ ਕੋਮਨ ਪ੍ਰਜਾ ਵਿੱਚ ਜਾ ਕੇ ਜਨਮ ਲੈਣਗੇ ਜੇਕਰ ਬੱਚਾ ਬਣ ਚੰਗੀ ਤਰ੍ਹਾਂ ਪੱਕਾ ਹੋ ਕੇ ਫਿਰ ਸ਼ਰੀਰ ਛੱਡਣ ਤਾਂ ਵਾਰਿਸ ਬਣਨਗੇ ਵਾਰਿਸ ਬਣਨ ਵਿੱਚ ਮਿਹਨਤ ਥੋੜੇ ਲੱਗਦੀ ਏ ਕੋਈ ਤਾਂ ਸੂਰੇ ਵੰਚੀ ਰਾਜਾਈ ਪਾਉਂਦੇ ਸਨ ਕੋਈ ਸਰਵਿਸ ਕਰਦੇ ਕਰਦੇ ਪਿਛਾੜੀ ਵਿੱਚ ਇੱਕ ਜਨਮ ਲੈ ਕੇ ਫਿਰ ਰਾਜਾਈ ਦੀ ਪਾਗ ਲੈ ਲੈਣਗੇ ਕੋਈ ਤਾਂ ਸਰਵਿਸ ਕਰਦੇ ਕਰਦੇ ਛੱਡ ਵੀ ਦਿੰਦੇ ਸਨ ਉੱਥੇ ਕੋਈ ਵੀ ਸੁੱਖ ਥੋੜੀ ਹੋਵੇਗਾ ਰਾਜਾਈ ਦਾ ਸੁੱਖ ਤਾਂ ਪਹਿਲੇ ਹੀ ਹੈਗਾ ਫਿਰ ਕਲਾਵਾਂ ਘਟ ਹੁੰਦੀਆਂ ਜਾਂਦੀਆਂ ਨੇ ਬੱਚਿਆਂ ਨੂੰ ਤਾਂ pursharth kar ਮਾਪੇ ਨੂੰ ਫਾਲੋ ਕਰਨਾ ਹੈ ਮਾਪੇ ਦੀ ਗੱਦੀ ਤੇ ਬਹਿਣ ਦੇ ਲਾਇਕ ਬਣਨਾ ਹੈ ਕਦੇ ਵੀ ਹਾਰਟਫੇਲ ਨਹੀਂ ਹੋਣਾ ਚਾਹੀਦਾ pursharth kar ਫਾਲੋ ਕਰੋ ਸੂਰਜਵੰਸ਼ੀ ਗੱਦੀ ਦਾ ਮਾਲਕ ਬਣੋ ਤਾਂ ਹੀ ਤੁਸੀਂ ਸਵਰਗ ਵਿੱਚ ਆਓਗੇ ਨਾ ਪਾਸ ਹੁੰਦੇ ਆ ਤਾਂ ਚੰਦਰਵੰਸ਼ੀ ਵਿੱਚ ਚਲੇ ਜਾਂਦੇ ਆ ਤਾਂ ਦੋ ਕਲਾਵਾਂ ਘਟ ਹੋ ਜਾਂਦੀਆਂ ਨੇ ਅੱਛਾ ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਂਨਾ ਦੇ ਲਈ ਮੁੱਖ ਸਾਰੇ ਬਾਪ ਤੋਂ ਆਸ਼ੀਰਵਾਦ ਮੰਗਣ ਦੀ ਬਜਾਈ ਯਾਦ ਦੀ ਯਾਤਰਾ ਵਿੱਚ ਰੋ ਰੂਹਾਨੀ ਯਾਤਰਾ ਵਿੱਚ ਕਦੇ ਵੀ ਥਕਣਾ ਨਹੀਂ ਸ਼ਿਬਾਬਾਬਾ ਨੂੰ ਆਪਣਾ ਵਾਰਿਸ ਬਣਾ ਕੇ ਉਸ ਉੱਤੇ ਪੂਰਾ ਪੂਰਾ ਬਲੀਹਾਰ ਜਾਣਾ ਹੈ ਮਾਪੇ ਨੂੰ ਪੂਰਾ ਫਾਲੋ ਕਰਨਾ ਹੈ ਇੱਕ ਕਿਸ ਜਨਮਾ ਦੀ ਰਾਜਾਈ ਦਾ ਸੁੱਖ ਲੈਣਾ ਹੈ ਵਰਦਾਨ ਹੈਗਾ ਨਿਮਿਤ ਭਾਵ ਦੇ ਅਭਿਆਸ ਨਾਲ ਸਵ ਦੀ ਔਰ ਸਾਰਿਆਂ ਦੀ ਪ੍ਰਗਤੀ ਕਰਨ ਵਾਲੇ ਨਿਆਰੇ ਅਤੇ ਪਿਆਰੇ ਭਵ ਨਿਮਿਤ ਭਾਵ ਦੇ ਅਭਿਆਸ ਨਾਲ ਖੁਦ ਦੀ ਅਤੇ ਸਾਰਿਆਂ ਦੀ ਪ੍ਰਗਤੀ ਕਰਨ ਵਾਲੇ ਨਿਆਰੇ ਅਤੇ ਪਿਆਰੇ ਭਵ ਨਿਮਿਤ ਬਣਨ ਦਾ ਪਾਠ ਸਦਾ ਨਿਆਰਾ ਪਿਆਰਾ ਬਣਾਉਂਦਾ ਏ ਜੇਕਰ ਨਿਮਿਤ ਭਾਵ ਦਾ ਅਭਿਆਸ ਆਪੇ ਹੀ ਅਤੇ ਸਹਿਜ ਹੋ ਜਾਂਦਾ ਸੰ ਤਾਂ ਸਦਾ ਖੁਦ ਦੀ ਅਤੇ ਸਾਰਿਆਂ ਦੀ ਪ੍ਰਗਤੀ ਹੁੰਦੀ ਰਹਿੰਦੀ ਏ ਉਨ ਆਤਮਾਵਾਂ ਦਾ ਕਦਮ ertid ਤੇ ਨਹੀਂ ਲੇਕਿਨ ਸਟੇਜ ਤੇ ਹੁੰਦਾ ਏ ਨਿਮਿਤ ਬਣੀ ਹੋਈਆਂ ਆਤਮਾਵਾਂ ਨੂੰ ਸਦਾ ਅਈਓ ਸਮ੍ਰਿਤੀ સ્વરૂਪ ਰਹਿਣਾ ਚਾਹੀਦਾ ਏ ਕਿ ਅਸੀਂ ਵਿਸ਼ਵ ਦੇ ਅੱਗੇ ਬਾਪ ਸਮਾਨ ਐਗਜ਼ੈਂਪਲ ਸਨ ਸਲੋਗਨ ਹੈਗਾ ਸੁਖਦਾਤਾ ਦੇ ਬੱਚੇ ਸਦਾ ਸੁਖ ਦੇ ਚੁੱਲ੍ਹੇ ਵਿੱਚ ਝੂਲਦੇ ਰਹੋ ਤਾਂ ਦੁੱਖ ਦੀ ਲਹਿਰ ਕਦੇ ਵੀ ਨਹੀਂ ਆ ਸਕਦੀ ਸੁਖਦਾਤਾ ਦੇ ਬੱਚੇ ਸਦਾ ਸੁਖ ਦੇ ਚੁੱਲਿਆਂ ਵਿੱਚ ਝੂਲਦੇ ਰਹੋ ਤਾਂ ਕਦੇ ਦੁੱਖ ਦੀ ਲਹਿਰ ਨਹੀਂ ਆ ਸਕਦੀ ਓਮ ਸ਼ਾਂਤੀ